ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਪੁਰਾਣੇ ਵੇਲੇਾਂ ਦੀ ਗੱਲ ਹੈ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ ਬਹੁਤ ਪੈਸਾ ਬੜਾ ਧਨ ਦੌਲਤੂ ਦੇ ਕੋਲ ਸੀ ਤੇ ਇਹਦੇ ਕਰਕੇ ਹੰਕਾਰ ਗਿਆ ਸਾਡੇ ਵਿੱਚ ਵੀ ਹੰਕਾਰ ਆ ਜਾਂਦਾ ਨਾ ਕਈ ਵਾਰੀ ਬਹੁਤ ਪਦਾਰਥ ਇਕੱਠੇ ਹੋ ਜਾਣ ਪੈਸਾ ਆ ਜਾਵੇ ਤੇ ਬੰਦੇ ਨੂੰ ਬੰਦਾ ਸਮਝਣਾ ਬੰਦ ਕਰ ਦਿੰਨੇ ਆ ਅਜਿਹੀ ਹੀ ਹਾਲਤ ਉਸ ਰਾਜੇ ਦੀ ਹੋ ਗਈ ਉਸਨੇ ਹਰ ਵੇਲੇ ਆਯਾਸੀ ਵੱਲ ਪੈਸਾ ਬਰਬਾਦ ਕਰਨ ਵਾਲ ਧਿਆਨ ਰੱਖਿਆ ਕਰਨਾ ਇਹ ਕਦੀ ਨਾ ਸੋਚਣਾ ਕਿ ਮੇਰੇ ਲੋਕਾਂ ਨੇ ਮਿਹਨਤ ਕਰਕੇ ਮੈਨੂੰ ਘਰ ਪਰਿਆ ਹੈ ਉਸਦੀ ਘਰਵਾਲੀ ਇੱਕ ਬਹੁਤ ਨੇਕ ਔਰਤ ਸੀ ਬਹੁਤ ਹੀ ਜ਼ਿਆਦਾ ਸੰਸਕਾਰੀ ਬਹੁਤ ਸੂਝਵਾਨ ਸਮਝੀ ਹੋਈ ਬੜੀ ਪੜ੍ਹੀ ਲਿਖੀ ਉਸਨੇ ਸਮੇਂ-ਸਮੇਂ ਤੇ ਆਪਣੇ ਪਤੀ ਨੂੰ ਰੋਕਿਆ ਕਰਨਾ ਉਸ ਨੂੰ ਸਿੱਖਿਆਦਿਆ ਕਰਨੀ ਪਾਠ ਪੜਾਇਆ ਕਰਨਾ ਪਰ ਉਹਦੇ ਕੰਨ ਤੇ ਕੋਈ ਜੂਨ ਹੀ ਸੀ ਸਰਕਦੀ ਇੱਕ ਦਿਨ ਦੋਵੇਂ ਜਾਣੇ ਇੱਕ ਬਗੀਚੇ ਦੇ ਵਿੱਚ ਇਤਪਨਾਨ ਨਾਲ ਬੈਠੇ ਹੋਏ ਚਾਹ ਦੇ ਕੱਪ ਉਹਨਾਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੇ ਉਹ ਉਸ ਨੂੰ ਵੱਡੀਆਂ-ਵੱਡੀਆਂ ਡੀਂਗਾਂ ਛੱਡ ਰਿਹਾ ਸੀ ਕਿ ਦੇਖ ਫੁਲਾਣੀ ਥਾਂ ਤੋਂ ਇੰਨਾ ਤਨ ਆ ਜਾਂਦਾ ਹੈ ਫੁਲਾਣੀ ਤੋਂ ਇੰਨਾ ਆ ਜਾਂਦਾ ਹੈ ਇੰਨਾ ਸੁੱਖ ਸਹੂਲਤਾਂ ਮੇਰੇ ਕੋਲ ਨੇ ਤੂੰ ਮੇਰੇ ਨਾਲ ਵਿਆਹ ਕਰਕੇ ਸੱਚੀ ਇਸ ਤਰ੍ਹਾਂ ਤੈਨੂੰ ਮਹਿਸੂਸ ਹੋ ਰਿਹਾ ਹੋਵੇਗਾ ਜਿਵੇਂ ਤੂੰ ਸਵਰਗ ਪ੍ਰਾਪਤ ਕਰ ਲੈਨੇ ਉਧਰੋਂ ਉਹ ਉਸ ਨੂੰ ਸਿਖਾ ਰਹੀ ਹੈ कि देखो पैसा सारा कुछ नहीं ਹੁੰਦਾ ਪੈਸੇ ਤੋਂ ਅੱਗੇ ਵੀ ਬਹੁਤ ਕੁਝ ਹੈ ਜੇ ਤੁਹਾਡੇ ਕੋਲੇ ਸਮਝ ਹੈ ਸੂਝ-ਬੂਝ ਹੈ ਤੁਹਾਨੂੰ ਕੋਈ ਅਕਲ ਹੈ ਇਸ ਦਾ ਇਸਤੇਮਾਲ ਕਰਕੇ ਤੁਸੀਂ ਪੈਸਾ ਬਣਾ ਸਕਦੇ ਹੋ ਪਰ ਪੈਸੇ ਦਾ ਇਸਤੇਮਾਲ ਕਰਕੇ ਸੂਝ-ਬੂਝ ਅਕਲ ਰਿਸ਼ਤੇਦਾਰੀਆਂ ਮਿੱਤਰਤਾ ਨਹੀਂ ਖਰੀਦੀ ਜਾ ਸਕਦੀ ਇਸੇ ਗੱਲ ਪਿੱਛੇ ਦੋਹਾਂ ਦੀ ਬਹਿਸ ਹੋ ਗਈ ਕਾਫੀ ਉਹਨਾਂ ਦੀ ਬਹਿਸ ਜੜੀ ਅੱਗੋਂ ਤੱਕ ਪਹੁੰਚ ਗਈ ਰਾਜੇ ਨੇ ਝਟਪਟ ਫੈਸਲਾ ਸੁਣਾ ਦਿੱਤਾ ਆਪਣੇ ਮੰਤਰੀਆਂ ਸੰਤਰੀਆਂ ਨੂੰ ਦਰਬਾਰ ਦੇ ਵਿੱਚ ਬੁਲਾ ਕੇ ਕਿ ਅੱਜ ਤੋਂ ਮੈਂ ਆਪਣੀ ਰਾਣੀ ਦੇ ਨਾਲ ਇਸ ਮਹਿਲ ਦੇ ਵਿੱਚ ਨਹੀਂ ਰਵਾਂਗਾ ਮੈਂ ਇਹਦੇ ਨਾਲ ਰਿਸ਼ਤੇ ਨਾਤੇ ਨਹੀਂ ਤੋੜ ਰਿਆ ਇਹ ਰਹੇਗੀ ਮੇਰੀ ਘਰ ਵਾਲੀ ਪਰ ਦੂਰ ਜਿਹੜਾ ਜੰਗਲ ਹੈ ਉੱਥੇ ਇਸ ਦੇ ਰਹਿਣ ਦਾ ਇਂਤਜ਼ਾਮ ਕਰ ਦਿੱਤਾ ਜਾਵੇ ਹਫ਼ਤੇ ਦੇ ਵਿੱਚ ਵਿੱਚ ਉੱਥੇ ਇੱਕ ਵਧੀਆ ਕੁਟਿਆ ਬਣਾ ਦਿੱਤੀ ਜਾਵੇ ਤੇ ਇੱਕ ਦੋ ਦਾਸੀਆਂ ਇਹਦੇ ਨਾਲ ਭੇਜ ਦਿੱਤੀਆਂ ਜਾਣ ਸਮੇਂ-ਸਮੇਂ ਤੇ ਉੱਥੇ ਪੈਰਾ ਵੀ ਰੱਖਿਆ ਜਾਵੇ ਤਾਂ ਕਿ ਕੋਈ ਜੰਗਲੀ ਜਨਵਰੀ ਦਾ ਨੁਕਸਾਨ ਨਾ ਕਰੇ ਪਰ ਮੈਂ ਚਾਹਣਾ ਹਾਂ ਕਿ ਕਿਵੇਂ ਆਪਣੀ ਅਕਲ ਦਾ ਸੂਝ-ਬੂਝ ਦਾ ਇਸਤੇਮਾਲ ਕਰਕੇ ਇਹ ਪੈਸਾ ਬਣਾ ਲੈਂਦੀ ਹੈ ਇੰਨੀ ਗੱਲ ਕਹਿ ਕੇ ਫੈਸਲਾ ਸੁਣਾ ਕੇ ਉਸਨੇ ਦਰਬਾਰ ਸਮਾਪਤ ਕਰ ਦਿੱਤਾ ਰਾਣੀ ਨੂੰ ਰਾਜੇ ਦੇ ਇਸ ਫੈਸਲੇ ਤੋਂ जरा मात्र ਵੀ ਦੁੱਖ ਨਹੀਂ ਲੱਗਿਆ ਸਗੋਂ ਉਸਨੂੰ ਲੱਗਿਆ ਕਿ ਇਹ ਬਹੁਤ ਵੇਦਰ ਮੌਕਾ ਹੈ ਰਾਜੇ ਨੂੰ ਦਿਖਾਉਣ ਦਾ ਕਿ ਕਿਵੇਂ ਅਕਲ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਕਿਵੇਂ ਸਾਨੂੰ ਪ੍ਰਮਾਤਮਾ ਤੋਂ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ ਕਦੇ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ ਰਾਣੀ ਨੇ ਆਪਣੀਆਂ ਦੋ ਦਾਸੀਆਂ ਨੂੰ ਨਾਲ ਲਿਆ ਰਾਜੇ ਨੇ ਉਹਦੇ ਲਈ ਕੁਝ ਖਾਣ ਪੀਣ ਦਾ ਸਮਾਨ ਤੇ ਕੁਝ ਪੈਸਾ ਟਕਾ ਵੀ ਭੇਜਣਾ ਚਾਹਿਆ ਪਰ ਰਾਣੀ ਨੇ ਕਹਿਤਾ ਕਿ ਨਹੀਂ ਬਸ ਇੰਨੀ ਮਿਹਰਬਾਨੀ ਬੜੀ ਹੈ ਕਿ ਮੈਨੂੰ ਇੱਥੇ ਸੁਨਸਾਨ ਜਗ੍ਹਾ ਦੇ ਦਿੱਤੀ ਉਸਨੇ ਰਹਿਣ ਬਸੇਰਾ ਬਣਾ ਦਿੱਤਾ ਤੇ ਸਾਰੇ ਜਿੰਨੇ ਨੌਕਰ ਚਾਕਰ ਹੋਰ ਸੀ ਸੰਤਰੀ ਸੀ ਪਹਿਰੇ ਵਾਲੇ ਸੀ ਸਭ ਨੂੰ ਵੇਦ ਦਿੱਤਾ ਕਿ ਮੇਰੀ ਆਗਿਆ ਤੋਂ ਬਿਨਾ ਇੱਥੇ ਨੇੜੇ ਤੇੜੇ ਫਟਕਣਾ ਵੀ ਨਹੀਂ ਅੱਜ ਤੋਂ ਬਾਅਦ ਤੁਹਾਨੂੰ ਛੁੱਟੀ ਹੈ ਜਿੱਥੇ ਮਰਜ਼ੀ ਜਾਓ ਰਾਜੇ ਤੂੰ ਮਹੀਨੇ ਦੀ ਤਨਖਾਹ ਵਿਤਨ ਆਪਦਾ ਲੈ ਆਇਆ ਕਰੋ ਇੱਥੇ ਆਉਣ ਦੀ ਜ਼ਰੂਰਤ ਨਹੀਂ ਉਧਰ ਰਾਜੇ ਨੇ ਆਪਣੀਆਂ ਅਯਾਸ਼ੀਆਂ ਜਾਰੀ ਰੱਖੀਆਂ ਪਹਿਲਾਂ ਤਾਂ ਰਾਜੇ ਨੂੰ ਹਰ ਗੱਲ ਤੋਂ ਰੋਕਣ ਟੋਕਣ ਵਾਲੀ ਉੱਥੇ ਮੌਜੂਦ ਸੀ ਜਿਹੜੇ ਉਹਦੇ ਮੰਤਰੀ ਸੰਤਰੀ ਸੀ ਉਹਨਾਂ ਤੋਂ ਹਿਸਾਬ ਕਿਤਾਬ ਪੁੱਛਣ ਵਾਲੀ ਸੀ ਪਰ ਮੰਤਰੀਆਂ ਸੰਤਰੀਆਂ ਨੇ ਹੁਣ ਖੁੱਲਾ ਖਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਹਦੇ ਰਾਜ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ ਤੇ ਇਧਰ ਰਾਣੀ ਨੇ ਇੱਕ ਸਿਰੇ ਤੋਂ ਇੱਕ ਜ਼ੀਰੋ ਤੋਂ ਸਿਫਰ ਤੋਂ ਸ਼ੁਰੂਆਤ ਕਰਨੀ ਸੀ ਸੋ ਜਿਹੜਾ ਨੇੜੇ ਨਗਰ ਲੱਗਦਾ ਸੀ ਉਸ ਨਗਰ ਵੱਲ ਉਹ ਜਾ ਰਹੀ ਸੀ ਉਹਦੇ ਕੋਲੇ ਦੋ ਇੱਟਾਂ ਜਿਸ ਨੂੰ ਲਾਲ ਕੱਪੜਿਆਂ ਦੇ ਵਿੱਚ ਚੰਗੀ ਤਰ੍ਹਾਂ ਬਲੇਟਿਆ ਹੋਇਆ ਸੀ ਤੇ ਬਹੁਤ ਸੁੰਦਰ ਸਜਾਇਆ ਹੋਇਆ ਸੀ ਨਗਰ ਦੇ ਵਿੱਚ ਜਾ ਕੇ ਸਭ ਤੋਂ ਮੰਨੇ ਪ੍ਰਵੰਨੇ ਇੱਕ ਜਵਾਰੀ ਦੀ ਦੁਕਾਨ ਤੇ ਉਹ ਪਹੁੰਚੀ ਇੱਕ ਸੁਨਿਆਰ ਕੋਲੇ ਜਾ ਕੇ ਪਹੁੰਚੀ ਉਸਨੇ ਉਸ ਦਾ ਇਸਤਕਬਾਲ ਕੀਤਾ ਆਉ ਭਖਤ ਕੀਤੀ ਬੈਠਣ ਲਈ ਉਸਨੇ ਕਿਹਾ ਤਾਂ ਰਾਣੀ ਨੇ ਕਿਹਾ ਕਿ ਦੇਖੋ ਭਾਈ ਮੈਂ ਕੁਝ ਗਹਿਣੇ ਤੁਹਾਡੇ ਕੋਲ ਰੱਖਣੇ ਚਾਹਣੀ ਆ ਉਸ ਬੰਦੇ ਨੂੰ ਕੁਝ ਨਹੀਂ ਸੀ ਪਤਾ ਤੇ ਰਾਣੀ ਨੂੰ ਇਨਾ ਭਰੋਸਾ ਸੀਗਾ ਕਿ ਜੋ ਮੈਂ ਕਰ ਰਹੀ ਆ ਆਪਦੀ ਅਕਲ ਦੇ ਦਮ ਤੇ ਉਹ 100% ਨੇਪਰੇ ਚੜੂਗਾ ਸੋ ਉਸਨੇ ਉਹ ਦੋ ਮਿੱਟੀ ਦੀਆਂ ਇੱਟਾਂ ਉਹਦੇ ਵੱਲ ਨੂੰ ਕੀਤੀਆਂ ਜਿਹੜੀਆਂ ਬਹੁਤ ਸੁੰਦਰ ਤਰੀਕੇ ਨਾਲ ਸਜਾਈਆਂ ਹੋਈਆਂ ਸਨ ਬਾਰ ਕੱਪੜੇ ਲਪੇਟੇ ਸੀ ਰਾਣੀ ਨੇ ਕਿਹਾ ਕਿ ਆ ਮੇਰੇ ਆਮਾਨਤ ਤੁਸੀਂ ਆਪਣੇ ਕੋਲ ਰੱਖੋ ਇਸ ਨੂੰ ਗਹਿਣੇ ਸਵਰੂਪ ਰੱਖ ਲਵੋ ਤੇ ਮੈਨੂੰ ਇਹਦੇ ਬਦਲੇ ਦੇ ਵਿੱਚ ਕੁਝ ਮਾਇਆ ਚਾਹੀਦੀ ਹੈ ਉਹ ਉੱਠ ਕੇ ਖੜਾ ਹੋ ਗਿਆ ਕਹਿੰਦਾ ਅੱਜ ਤਾਂ ਬਹੁਤ ਜ਼ਿਆਦਾ ਵਜ਼ਨ ਹੈ ਇੰਨੀ ਮਾਇਆ ਤਾਂ ਮੇਰੇ ਕੋਲੇ ਹੋਣੀ ਨਹੀਂ ਰਾਣੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇਹਨੂੰ ਆਮਾਨਤ ਸਵਰੂਪ ਸੰਭਾਲ ਕੇ ਰੱਖਣਾ ਜਿੰਨੀ ਤੁਸੀਂ ਕਰ ਸਕਦੇ ਹੋ ਓਨੀ ਤੁਸੀਂ ਕਰ ਦਿਓ ਮੈਨੂੰ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਕੋਈ ਇਤਰਾਜ਼ ਨਹੀਂ ਉਥੋਂ ਚੰਗਾ ਚੁੱਖਾ ਧਨ ਲੈ ਕੇ ਰਾਣੀ ਵਾਪਸ ਆਈ ਰਾਣੀ ਨੇ ਆ ਕੇ ਇੱਕ ਸਿਰੇ ਤੋਂ ਇੱਕ ਧੰਦਾ ਸ਼ੁਰੂ ਕੀਤਾ ਇੱਕ ਕਾਰੋਬਾਰ ਸ਼ੁਰੂ ਕੀਤਾ ਉਸ ਕਾਰੋਬਾਰ ਨੇ ਜਦੋਂ ਚੰਗੀ ਚੋਖੀ ਕਮਾਈ ਦੇਣੀ ਸ਼ੁਰੂ ਕੀਤੀ ਰਾਣੀ ਨੇ ਆਪਣੇ ਤੇ ਨਹੀਂ ਲਾਇਆ ਆਪਣੀਆਂ ਆਯਾਸ਼ੀਆਂ ਲਈ ਨਹੀਂ ਵਰਤਿਆ ਗਹਿਣੇ ਗੱਟੇ ਕੱਪੜੇ ਜਾਂ ਹੋਰਾਂ ਚੀਜ਼ਾਂ ਦੇ ਲਈ ਉਸ ਨੇ ਇਹ ਧਨ ਵਿਅਰਥ ਨਹੀਂ ਗਵਾਇਆ ਉਸਨੇ ਉਸ उस बचे ਹੋਏ ਮੁਨਾਫੇ ਤੋਂ ਹੋਰ ਕਾਰੋਬਾਰ ਸ਼ੁਰੂ ਕੀਤੇ ਫਿਰ ਹੋਰ ਕਾਰੋਬਾਰ ਇਸੇ ਤਰੀਕੇ ਨਾਲ ਦਿਨਾਂ ਦੇ ਵਿੱਚ ਰਾਣੀ ਨੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਸ਼ੁਰੂ ਕਰ ਲਏ ਜਿਵੇਂ ਜਿਵੇਂ ਉਹ ਕਾਰੋਬਾਰ ਖੋਲ ਰਹੀ ਸੀ ਓਵੇਂ ਓਵੇਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਸੀ ਉਸ ਪਾਸੇ ਨੂੰ ਆ ਕੇ ਲੋਕਾਂ ਨੇ ਵਸਣਾ ਸ਼ੁਰੂ ਕੀਤਾ ਦੋਆਂ ਚੋਹਾਂ ਸਾਲਾਂ ਦੇ ਵਿੱਚ ਉਹ ਸੁਨਸਾਨ ਵਾਲਾ ਇੱਕ ਜੰਗਲੀ ਇਲਾਕਾ ਤਾਂ ਬਹੁਤ ਵਧੀਆ ਪਿੰਡ ਤੇ ਪਿੰਡ ਤੋਂ ਬਾਅਦ ਵਿੱਚ ਕਸਬੇ ਦਾ ਰੂਪ ਧਾਰਨ ਕਰ ਗਿਆ ਉਥੇ ਦੁਕਾਨਾਂ ਤੇ ਸ਼ਹਿਰ ਵਾਂਗੂ ਰੌਣਕਾਂ ਰਹਿਣ ਲੱਗੀਆਂ ਤੇ ਰਾਣੀ ਨੇ ਇੱਕ ਕੰਮ ਹਮੇਸ਼ਾ ਤੋਂ ਸੋਚਿਆ ਹੋਇਆ ਸੀਗਾ ਕਿ ਮੈਂ ਇੱਥੇ ਕਾਫੀ ਸਾਰੇ ਵਿਦਿਆਲੇ ਖੁੱਲਣੇ ਆ ਕਾਫੀ ਸਾਰੀਆਂ ਪਾਠਸ਼ਾਲਾ ਬਣਾਉਣੀਆਂ ਸਮੇਂ-ਸਮੇਂ ਤੇ ਜਦੋਂ ਕਿਸੇ ਪਾਸਿਓਂ ਵੱਧ ਮੁਨਾਫਾ ਆਉਂਦਾ ਤਾਂ ਰਾਣੀ ਉਸ ਪਾਸੇ ਵੀ ਨਿਵੇਸ਼ ਕਰਦਿਆ ਕਰਦੀ ਜਿਹਦੇ ਵਿੱਚੋਂ ਉਸ ਨੂੰ ਮੁਨਾਫਾ ਨਹੀਂ ਸਿਰਫ ਤੇ ਸਿਰਫ ਬੱਚਿਆਂ ਦਾ ਸੁਨਹਿਰੀ ਭਵਿੱਖ ਚੰਗਾ ਭਵਿੱਖ ਮਿਲਣਾ ਸੀ ਰਾਣੀ ਨੇ ਪੰਜਾਂ ਸਾਲਾਂ ਤੋਂ ਪਹਿਲਾਂ-ਪਹਿਲਾਂ ਉਸ ਇਲਾਕੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਤੇ ਜਦੋਂ ਉਸ ਨੂੰ ਇੰਨਾ ਮੁਨਾਫਾ ਹੋਇਆ ਸੀ ਇਸ ਸਮੇਂ ਦੌਰਾਨ ਉਹ ਉਸ ਜਵਾਰੀ ਕੋਲੇ ਵੀ ਗਈ ਸੀ ਉਸ ਤੋਂ ਉਸਨੇ ਆਪਣੀ ਅਮਾਨਤ ਵਾਪਸ ਲੈ ਆਂਦੀ ਸੀ ਜੋ ਕਿ ਕੁਝ ਵੀ ਨਹੀਂ ਸੀ ਮਿੱਟੀ ਸੀ ਤੇ ਉਸ ਨੂੰ ਉਸਦੇ ਬੰਦੇ ਪੈਸੇ ਵਿਆਜ ਸਮੇਤ ਦੇਣ ਲੱਗਿਆਂ ਰਾਣੀ ਨੇ ਉਸ ਜਵਾਰੀ ਨੂੰ ਕਿਹਾ ਸੀ ਜਿੰਨਾ ਮਰਜੀ ਕਿਸੇ ਤੇ ਭਰੋਸਾ ਹੋਵੇ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਤੂਦਨ ਦਾ ਦੇਖਿਆ ਨਹੀਂ ਤੈਨੂੰ ਪਤਾ ਹੈ ਮਿੱਟੀ ਸੀ ਰਾਣੀ ਉਸ ਨੂੰ ਉਪਦੇਸ਼ ਦੇ ਕੇ ਆਪਣੇ ਛੋਟੇ ਜਿਹੇ ਹਾਸ ਦੇ ਵਸਤੇ ਖੁਸ਼ਹਾਲ ਰਾਜ ਦੇ ਵਿੱਚ ਵਾਪਸ ਪਰਤਾਈ ਤੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜੁਟ ਗਈ ਉਦਰ ਰਾਜਾ ਕੰਗਾਲ ਹੋ ਗਿਆ ਰਾਜੇ ਦੇ ਪੱਲੇ ਕੁਝ ਨਹੀਂ ਬਚਿਆ ਕਿਉਂਕਿ ਸਿਆਣਾ ਸਲਾਹਕਾਰ ਉਸਨੇ ਆਪ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਸ ਦੇ ਨਾਲ ਸਿਰਫ ਖਾਊ ਜਾਰ ਬਚੇ ਸਨ ਉਹ ਜਿਹੜੇ ਉਹਨੂੰ ਚੂੰਡ-ਚੂੰਡ ਕੇ ਨੋਚ ਰਹੇ ਸਨ ਜਿਹੜੇ ਲਗਾਤਾਰ ਰਾਜ ਦਾ ਧਨ ਬਰਬਾਦ ਕਰ ਰਹੇ ਸਨ ਤੇ ਰਾਜਾ ਵੀ ਆਯਾਤ ਸੀ ਜਦੋਂ ਤੱਕ ਉਸ ਨੂੰ ਸੁਰਤ ਆਉਂਦੀ ਉਹਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਸੋ ਇੱਕ ਦਿਨ ਕੀ ਸੁਣਦਾ ਹੈ ਕਿ ਗਵੰਢੀ ਰਾਜ ਦੀ ਇੱਕ ਰਾਣੀ ਹੈ ਉਹ ਸੁਨਹਿਰਾ ਮੌਕਾ ਦੇ ਰਹੀ ਹੈ ਕਿ ਮੈਨੂੰ ਸ਼ਤਰੰਜ ਦੇ ਖੇਡ ਵਿੱਚ ਆ ਕੇ ਹਰਾਉ ਜਿਹੜਾ ਮੈਨੂੰ ਸ਼ਤਰੰਜ ਦੇ ਖੇਡ ਵਿੱਚ ਆ ਕੇ ਹਰਾ ਦੇਵੇਗਾ ਉਸ ਨੂੰ ਰਾਜ ਭਾਗ ਮੈਂ ਸਾਰੇ ਦਾ ਸਾਰਾ ਉਸ ਦੇ ਨਾਮ ਕਰ ਦਿਆਂਗੀ ਤੇ ਨਾਲ ਉਹਦੇ ਨਾਲ ਵਿਆਹ ਕਰ ਲਵਾਂਗੇ ਹੁਣ ਰਾਜੇ ਨੂੰ ਲੱਗਿਆ ਕਿ ਇਹੀ ਇੱਕ ਤਰੀਕਾ ਹੈ ਪੈਸਾ ਕਮਾਉਣ ਦਾ ਤਰੱਕੀ ਕਰਨ ਦਾ ਇਸ ਕਰਕੇ ਉਹਦੇ ਰਾਜ ਵੱਲ ਨੂੰ ਕੂਚ ਕਰ ਦਿੱਤੀ ਹੁਣ ਉਹ ਬੜਾ ਹੰਕਾਰੀ ਸੀ ਬੜਾ ਸੱਜ ਧੱਜ ਕੇ ਨਿਕਲਿਆ ਬੇਸ਼ੱਕ ਰਾਜ ਦਾ ਉਹਦੇ ਦਾ ਉਹਦੇ ਨਗਰੀ ਦਾ ਇਸ ਵੇਲੇ ਜਲੂਸ ਨਿਕਲਿਆ ਹੋਇਆ ਸੀ ਪਰ ਹੰਕਾਰ ਉਹਦੇ ਵਿੱਚ ਅਜੇ ਵੀ ਘਟ ਨਹੀਂ ਸੀ ਹੁਣ ਜਦੋਂ ਉਸ ਰਾਣੀ ਦੇ ਮਹਿਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨੂੰ ਪਾਂਤ ਪਾਂਤ ਦੇ ਠੱਗ ਮਿਲੇ ਠੱਗਾਂ ਦਾ ਇੱਕ ਪਿੰਡ ਸੀ ਜਾਂ ਕਸਬਾ ਸੀ ਸਭ ਤੋਂ ਪਹਿਲੇ ਠੱਗਾਂ ਦੇ ਟੋਲੇ ਨੇ ਉਸ ਰਾਜੇ ਨੂੰ ਰੋਕਿਆ ਪੁਸ਼ਾਕ ਤੋਂ ਦੇਖ ਲਿਆ ਕਿ ਇਹ ਰਾਜਾ ਹੰਕਾਰੀ ਰਾਜਾ ਉਸ ਨੂੰ ਰੋਕ ਕੇ ਕਹਿੰਦੇ ਕਿ ਤੇਰੇ ਵਾਲੇ ਜਾ ਰਹੇ ਸੀ ਸਭ ਤੋਂ ਪਹਿਲਾ ਬੰਦਾ ਅੱਗੇ ਹੋਇਆ ਉਸ ਦੀ ਇੱਕ ਅੱਖ ਸੀ ਦੂਜੀ ਅੱਖ ਉਸ ਦੀ ਪੱਥਰ ਦੀ ਸੀ ਅੱਗੇ ਹੋ ਕੇ ਕਹਿੰਦਾ ਕਿ ਰਾਜਾ ਮੇਰੀ ਅੱਖ ਵਾਪਸ ਕਰ ਦੇ ਮੈਂ ਤੇਥੋਂ 5000 ਰੁਪਇਆ ਲੈ ਕੇ ਗਿਆ ਸੀ ਤੇ ਤੂੰ ਬਦਲੇ ਵਿੱਚ ਮੇਰੀ ਅੱਖ ਰੱਖ ਲਈ ਸੀ ਮੇਰੀ ਅੱਖ ਵਾਪਸ ਕਰ ਦੇ 5000 ਰੁਪਇਆ ਲੈ ਲੈ ਨਹੀਂ ਤੇ ਮੈਂ ਰੌਲਾ ਪਾ ਦਵਾਂਗਾ ਰਾਜਾ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਲਈ ਨਹੀਂ ਰਾਜੇ ਨੇ ਬਥੇਰਾ ਕਿ ਆਖੇ ਕਿਸੇ ਹੋਰ ਨੇ ਲਈ ਹੋਣੀ ਆ ਕਿਸੇ ਮੰਤਰੀ ਸੰਤਰੀ ਨੇ ਤੇਰੀ ਅੱਖ ਗਰਵੀ ਰੱਖੀ ਹੋਣੀ ਆ ਕਹਿੰਦਾ ਨਹੀਂ ਰਾਜਾ ਮੈਂ ਤੇ ਇਸ ਰਾਜ ਵਿੱਚ ਤੈਨੂੰ ਕੈਦ ਕਰਾ ਦਿਆਂਗਾ ਰਾਜਾ ਡਰ ਗਿਆ ਉਹਨੇ 10000 ਰੁਪਇਆ ਉਹਨੂੰ ਦੇ ਦਿੱਤਾ ਤੇ ਕਹਿਆ ਭਾਈ ਦਾ ਤੂੰ ਮੇਰਾ ਖੜਾ ਛੱਡ ਦੇ ਅੱਗੇ ਜਾਂਦਾ ਹੈ ਬਿਲਕੁਲ ਇਸੇ ਤਰੀਕੇ ਦਾ ਇੱਕ ਬੰਦਾ ਮਿਲਦਾ ਜਿਹਦਾ ਇੱਕ ਕੰਨ ਨਹੀਂ ਹੁੰਦਾ ਇਹੋ ਜੀ ਕਹਾਣੀ ਉਹ ਸੁਣਾਉਂਦਾ ਹੈ ਰਾਜਾ ਹੱਥ ਜੋੜ ਕੇ 10000 ਰੁਪਿਆ ਉਹਨੂੰ ਦਿੰਦਾ ਹੈ ਉਹ ਤੋਂ ਖੇੜਾ ਛੜਵਾ ਕੇ ਰਾਣੀ ਦੇ ਮਹਿਲ ਵੱਲੋਂ ਚਲਾ ਜਾਂਦਾ ਹੈ ਮਾਨੀਮਾਨ ਦੇ ਵਿੱਚ ਸੋਚਦਾ ਹੈ ਕਿ ਮੇਰੇ ਨਾਲ ਧੱਕਾ ਹੋ ਗਿਆ ਉੱਥੇ ਜਾ ਕੇ ਸ਼ਤਰੰਜ ਦਾ ਖੇਡ ਖੇਡਦਾ ਹੈ ਸ਼ਤਰੰਜ ਦੇ ਖੇਡ ਵਿੱਚ ਅਚਾਨਕ ਜਿੱਤ ਦਾ ਜਿੱਤਦਾ ਹਾਰ ਜਾਂਦਾ ਹੈ ਉਹਦੇ ਗਲ ਵਿੱਚ ਕੁੱਤੇ ਵਾਲਾ ਪਟਾ ਪਾ ਕੇ ਰਾਣੀ ਉਸਨੂੰ ਕੈਦ ਕਰ ਦਿੰਦੀ ਹੈ ਦਰ ਅਸਲ ਇਸ ਰਾਜ ਦੀ ਜਿਹੜੀ ਰਾਣੀ ਹੁੰਦੀ ਹੈ ਇਹਦੇ ਮਨ ਵਿੱਚ ਬੰਦਿਆਂ ਪ੍ਰਤੀ ਮਰਦਾਂ ਪ੍ਰਤੀ ਬਹੁਤ ਜ਼ਿਆਦੀ ਈਰਖਾ ਹੁੰਦੀ ਹੈ। ਇਸ ਨੇ ਕਈ ਰਾਜਾਂ ਦੇ ਰਾਜੇ, ਮੰਤਰੀ ਸੰਤਰੀ ਆਪਣੀ ਕੈਦ ਵਿੱਚ ਕਰ ਰੱਖੇ ਹੁੰਦੇ ਨੇ। ਜਦੋਂ ਇਸ ਗੱਲ ਦਾ ਪਤਾ ਇਸ ਰਾਜੇ ਦੀ ਅਸਲੀ ਰਾਣੀ ਨੂੰ ਲੱਗਦਾ ਹੈ ਜਿਹੜੀ ਬਹੁਤ ਨੇਕ ਸੁਭਾਅ ਦੀ ਸੀ। ਜੰਗਲਾਂ ਦੇ ਵਿੱਚ ਆਪਣਾ ਉਸ ਨੇ ਰਾਜ ਵਸਾਲਿਆ ਸੀ। ਉਹਨੂੰ ਪਤਾ ਲੱਗਦਾ ਦੁੱਖ ਵੀ ਬਹੁਤ ਹੁੰਦਾ ਹੈ ਕਿ ਸਾਡੇ ਰਾਜ ਨੂੰ ਨੋਚਿਆ ਜਾ ਰਿਹਾ ਹੈ, ਚੁੰਡਿਆ ਜਾ ਰਿਹਾ ਹੈ, ਲੋਕੀ ਖਾ ਰਹੇ ਨੇ। ਤੇ ਜਦੋਂ ਉਹਨੂੰ ਇਹ ਪਤਾ ਲੱਗਦਾ ਕਿ ਫਲਾਣੀ ਰਾਣੀ ਨੇ ਕੈਦ ਕਰ ਲਿਆ ਉਸ ਦਾ ਗੁੱਸਾ ਵੱਧ ਜਾਂਦਾ ਹੈ। ਸੋ ਉਸਨੇ ਇੱਕ ਬੰਦੇ ਦਾ ਰੂਪ ਧਾਰਿਆ ਇੱਕ ਬੰਦਾ ਬਣ ਕੇ ਉਸਨੇ ਉਥੋਂ ਕੂਚ ਕਰ ਦਿੱਤੀ ਉਸਨੇ ਸੋਚਿਆ ਕਿ ਮੈਂ ਵੀ ਇਸ ਰਾਣੀ ਦੇ ਨਾਲ ਸ਼ਤਰੰਜ ਦਾ ਖੇਡ ਖੇਡ ਕੇ ਆਉਂਦੀ ਹਾਂ ਜਦੋਂ ਉਹ ਆ ਰਹੀ ਸੀ ਤਾਂ ਉਸਨੇ ਪਹਿਲਾਂ ਜਾਂਚ ਪੜਤਾਲ ਕੀਤੀ ਉਸ ਨੂੰ ਕਿਸੇ ਸਿਆਣੇ ਨੇ ਦੱਸ ਦਿੱਤਾ ਕਿ ਰਾਣੀ ਦੇ ਕੋਲ ਇਸ ਰਾਣੀ ਦੇ ਜਿਹੜੀ ਠੱਗ ਰਾਣੀ ਹੈ ਇਹਦੇ ਕੋਲ ਇੱਕ ਬਿੱਲੀ ਹੈ ਜਿਹੜਾ ਇਸਨੇ ਉਥੇ ਸ਼ਤਰੰਜ ਖੇਡਣ ਵਾਲੇ ਕਮਰੇ ਦੇ ਵਿੱਚ ਲਾਲਟਨ ਜਗਾਈ ਹੈ ਮਸ਼ਾਲ ਜਗਾਈ ਹੈ ਉਹ ਬਿੱਲੀ ਦੇ ਸਿਰ ਉੱਤੇ ਰੱਖੀ ਹੈ ਇਹਦੇ ਇਸ਼ਾਰੇ ਨੂੰ ਦੇਖ ਕੇ ਬਿੱਲੀ ਅਚਾਨਕ ਹਿੱਲਦੀ ਹੈ ਕੁਝ ਮਿੰਟਾਂ ਲਈ ਉਹ ਮਿਸ਼ਾਲ ਉਹ ਲਾਲਟਨ ਬੰਦ ਹੋ ਜਾਂਦੀ ਹੈ ਉਹਨੇ ਵਿੱਚ ਪਾਸਾ ਪਲਟ ਦਿੰਦੀ ਹੈ ਤੇ ਜਿਹੜੀ ਖੇਡ ਹੁੰਦੀ ਹੈ ਉਹ ਜਿੱਤਦਾ ਜਿੱਤਦਾ ਜਿਹੜਾ ਖਿਡਾਦੀ ਹੁੰਦਾ ਅਚਾਨਕ ਫਿਰ ਹਾਰਨ ਲੱਗ ਪੈਂਦਾ ਹੈ ਇਸਨੇ ਸਾਰੀ ਜਾਂਚ ਪੜਤਾਲ ਕਰ ਲਈ ਪਹਿਲਾਂ ਉਹ ਠੱਗ ਮਿਲੇ ਠੱਗਾਂ ਨੂੰ ਚੰਗਾ ਸਬਕ ਸਿਖਾਇਆ ਜਦੋਂ ਉਹ ਅੱਖ ਮੰਗਣ ਵਾਲਾ ਇਹਦੇ ਕੋਲ ਆਇਆ ਇਸਨੇ ਕਿਹਾ ਕਿ ਅੱਖ ਤੇਰੀ ਮੇਰੇ ਕੋਲ ਹੈ 5000 ਰੁਪਏ ਮੈਨੂੰ ਪਤਾ ਹੈ ਤੂੰ ਲੈ ਕੇ ਗਿਆ ਸੀ ਦੂਜੀ ਅੱਖ ਮੈਨੂੰ ਕੱਢ ਕੇ ਦੇ ਮੈਂ ਉਹਦਾ ਵਜਨ ਕਰਕੇ ਉਹਦੇ ਨਾਲ ਦੀ ਅੱਖ ਤੈਨੂੰ ਦੇ ਦਿੰਦਾ ਹਾਂ ਕਿਉਂਕਿ ਮੈਂ ਤਾਂ ਸੈਂਕੜੇ ਲੋਕਾਂ ਤੋਂ ਅੱਖਾਂ ਲੈ ਕੇ ਰੱਖੀਆਂ ਨੇ ਜਦੋਂ ਅੱਖ ਕੱਢਣ ਦਾ ਜ਼ਿਕਰ ਸੁਣਦਾ ਤਾਂ ਉਹ ਠੱਗ ਡਰ ਜਾਂਦਾ ਹੈ ਜਲਦੀ ਜਲਦੀ 10000 ਰੁਪਏ ਜਿਹੜਾ ਉਸਨੇ ਫੜਿਆ ਉਹਦੇ ਹੱਥ ਵਿੱਚ ਸੀ ਉਹ ਉਸ ਰਾਜਾ ਜਿਹੜਾ ਹੁਣ ਰਾਣੀ ਨੇ ਰੂਪ ਧਾਰ ਕੀਤਾ ਸੀ ਉਹ ਰਾਜੇ ਦੇ ਪੈਰਾਂ ਨੂੰ ਹੱਥ ਲਾ ਕੇ 10000 ਰੁਪਏ ਫੜਾ ਦਿੰਦਾ ਕਿ ਮੈਥੋਂ ਗੁਸਤਾਖੀ ਹੋ ਗਈ ਮੈਨੂੰ ਮਾਫ਼ ਕਰ ਦਿਓ ਇਸੇ ਤਰੀਕੇ ਦਾ ਸਬਕ ਇਸ ਰਾਜੇ ਨੇ ਜਿਹਨੇ ਰੂਪ ਧਾਰਿਆ ਹੋਇਆ ਹੈ ਇਹ ਕੰਨ ਵਾਲੇ ਠੱਗ ਨੂੰ ਵੀ ਦਿੱਤਾ ਤੇ ਇਹ ਰਾਣੀ ਜਿਹੜੀ ਹੁਣ ਇੱਕ ਰਾਜੇ ਦੇ ਰੂਪ ਵਿੱਚ ਅੱਗੇ ਜਾ ਰਹੀ ਹੈ ਉਸ ਠੱਗ ਰਾਣੀ ਦੇ ਮਹਿਲ ਪਹੁੰਚ ਜਾਂਦੀ ਹੈ ਉੱਥੇ ਜਾ ਕੇ ਸ਼ਤਰੰਜ ਖੇਡਣ ਤੋਂ ਪਹਿਲਾਂ ਇਸ ਨੇ ਆਪਣੇ ਕੋਲ ਇੱਕ ਬਨਾਵਟੀ ਚੂਹਾ ਬਣਾਇਆ ਇਹ ਚੂਹਾ ਅਸਲ ਦਾ ਚੂਹਾ ਨਹੀਂ ਪਰ ਇਹ ਚੂਹਾ ਜਿਹੜਾ ਬਨਾਵਟੀ ਹੈ ਥੋੜੇ ਥੋੜੇ ਸਮੇਂ ਬਾਅਦ ਹਰਕਤ ਕਰਦਾ ਇੰਜ ਲੱਗਦਾ ਕਿ ਇਹਦੀ ਜੇਬ ਦੇ ਵਿੱਚੋਂ ਨਿਕਲ ਕੇ ਭੱਜ ਜਾਊਗਾ ਹੁਣ ਉਸ ਠੱਗ ਰਾਣੀ ਦੇ ਨਾਲ ਇਹ ਨੇ ਸ਼ਤਰੰਜ ਖੇਡਣੀ ਸ਼ੁਰੂ ਕਰ ਦਿੱਤੀ ਤੇ ਜਿਹੜੀ ਇਸ ਦੀ ਬਿੱਲੀ ਸੀ ਉਸ ਦਾ ਸਾਰਾ ਧਿਆਨ ਇਸ ਬਨਾਵਟੀ ਚੂਹੇ 'ਤੇ ਹਾਲ ਸੀ ਉਹ ਦੇਖ ਰਹੀ ਸੀ ਕਿ ਕਦੋਂ ਇਹ ਚੂਹਾ ਨਿਕਲ ਕੇ ਭੱਜੇ ਤੇ ਉਹਨੂੰ ਦਬੋਚ ਲਵੇ ਉਹ ਆਪਣੇ ਆਪ ਨੂੰ ਤਿਆਰੀ ਦੇ ਵਿੱਚ ਰੱਖਿਆ ਹੋਇਆ ਹੁਣ ਇਹ ਰੂਪ ਧਾਰੀ ਹੋਈ ਜਿਹੜੀ ਰਾਣੀ ਹੈ ਲਗਾਤਾਰ ਸ਼ਤਰੰਜ ਦੀ ਗੇਮ ਜਿੱਤਦੀ ਜਾ ਰਹੀ ਹੈ ਜਦੋਂ ਐਨ ਜਿੱਤਣ ਦੇ ਕਿਨਾਰੇ ਪਹੁੰਚ ਗਈ ਤਾਂ ਉਸ ਠੱਗ ਰਾਣੀ ਨੇ ਆਪਣੀ ਬਿੱਲੀ ਨੂੰ ਇਸ਼ਾਰਾ ਕੀਤਾ ਪਰ ਬਿੱਲੀ ਇਸ਼ਾਰਾ ਤਾਂ ਹੀ ਦੇਖਦੀ ਨਾ ਜਿਉਂ ਉਹਦਾ ਧਿਆਨ ਉੱਧਰ ਹੁੰਦਾ ਉਹਦਾ ਧਿਆਨ ਤੇ ਬਨਾਵਟੀ ਚੂਹੇ ਹਾਲ ਸੀ ਸੋ ਇਸ ਤਰੀਕੇ ਨਾਲ ਇਸ ਰਾਣੀ ਨੇ ਬਹੁਤ ਸਿਆਣੀ ਸੂਝਵਾਨ ਰਾਣੀ ਨੇ ਆਪਣੇ ਦਿਮਾਗ ਦੇ ਦਮ ਤੇ ਇਸਤਰੰਜ ਦੀ ਖੇਡ ਜਿੱਤ ਲਈ ਉਸਨੇ ਕਿਹਾ ਕਿ ਦੱਸੋ ਕੀ ਮੰਗਦੇ ਹੋ ਮੈਂ ਰਾਜ ਭਾਗ ਤੁਹਾਡੇ ਨਾਮ ਕਰਵਾਉਣੀ ਆ ਜਿਵੇਂ ਮੈਂ ਸ਼ਰਤ ਰੱਖੀ ਸੀ ਨਾਲ ਦੀ ਨਾਲ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਹੋਰ ਜੇ ਕੋਈ ਤੁਹਾਡੀ ਮੰਗ ਹੈ ਤਾਂ ਉਹ ਦੱਸੋ ਉਸਨੇ ਕਿਹਾ ਕਿ ਮੈਨੂੰ ਰਾਜ ਭਾਗ ਨਹੀਂ ਚਾਹੀਦਾ ਮੈਂ ਤੇਰੇ ਨਾਲ ਵਿਆਹ ਕਰਕੇ ਵੀ ਬਹੁਤਾ ਰਾਜੀ ਨਹੀਂ ਮੈਨੂੰ ਚਾਹੀਦਾ ਹੈ ਤਾਂ ਜਿੰਨੇ ਵੀ ਰਾਜੇ ਮੰਤਰੀ ਸੰਤਰੀ ਇਸਤਰੰਜ ਦੀ ਖੇਡ ਤੋਂ ਬਾਅਦ ਤੂੰ ਆਪਣੀ ਕੈਦ ਵਿੱਚ ਕੀਤੇ ਨੇ ਉਸ ਸਾਰਿਆਂ ਨੂੰ ਰਿਹਾ ਕਰ ਦੇ ਸਾਰਿਆਂ ਨੂੰ ਰਿਹਾ ਕਰ ਦਿੱਤਾ ਤੇ ਜਦੋਂ ਉਸ ਨੇ ਆਪਣੇ ਰਾਜੇ ਨੂੰ ਦੇਖਿਆ ਆਪਣੇ ਘਰ ਵਾਲੇ ਨੂੰ ਦੇਖਿਆ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਮੇਰੇ ਨਾਲ ਚੱਲ ਮੈਂ ਤੈਨੂੰ ਛੁਡਵਾਇਆ ਉਹ ਕਹਿੰਦਾ ਠੀਕ ਹੈ ਉਸ ਨੂੰ ਪਾਸੇ ਲਿਜਾ ਕੇ ਕਿਹਾ ਕਿ ਚੱਲ ਆ ਰਾਜ ਨੂੰ ਚੱਲੀਓ ਬੜਾ ਹੈਰਾਨ ਕਿ ਕੌਣ ਬੰਦਾ ਹੈ ਜਿਹੜਾ ਇਸ ਤਰ੍ਹਾਂ ਦੀ ਗੱਲਬਾਤ ਕਰ ਰਿਹਾ ਅੱਗੇ ਜਾ ਕੇ ਉਸ ਨੇ ਦੱਸਿਆ ਕਿ ਮੈਂ ਹ ਉਸ ਨੇ ਆਪਣਾ ਅਸਲੀ ਰੂਪ ਧਾਰਨ ਕਰ ਲਿਆ ਰਾਜਾ ਉਸ ਦੇ ਪੈਰਾਂ ਵਿੱਚ ਡਿੱਗ ਪਿਆ ਮੁਆਫੀ ਮੰਗਣ ਲੱਗਾ ਕਹਿੰਦਾ ਮੈਨੂੰ ਮੁਆਫ ਕਰ ਦੇ ਅੱਜ ਮੈਂ ਸਮਝ ਗਿਆ ਕਿ ਜਿਹੜਾ ਬੰਦਾ ਹੰਕਾਰੀ ਹੈ ਉਸ ਦਾ ਅੰਤ ਬਹੁਤ ਮਾੜਾ ਹੁੰਦਾ ਹੈ ਜਿਹੜਾ ਪਰਮਾਤਮਾ ਤੋਂ ਡਰ ਕੇ ਪਰਮਾਤਮਾ ਤੋਂ ਭੈ ਮੰਨਦਾ ਹੈ ਪਰਮਾਤਮਾ ਦੀ ਦਿੱਤੀ ਹੋਈ ਸੋਝੀ ਨੂੰ ਸਾਰਥਿਕ ਤਰੀਕੇ ਨਾਲ ਵਰਤਦਾ ਹੈ ਉਹ ਦੁਨੀਆ ਦੀ ਹਰ ਇੱਕ ਸ਼ੈ ਨੂੰ ਆਪਣੇ ਹੱਥ ਵਸ ਕਰ ਸਕਦਾ ਹੈ ਆਪਣੇ ਕਾਬੂ ਵਿੱਚ ਕਰ ਸਕਦਾ ਹੈ ਪਰ ਜਦੋਂ ਪਰਮਾਤਮਾ ਨੂੰ ਇਹਨਾਂ ਖੁਸ਼ੀਆਂ ਨਾਲ ਨਵਾਜ ਰਿਹਾ ਹੋਵੇ ਇੱਕ ਗੱਲ ਉਹਨੂੰ ਉਦੋਂ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਰਾ ਕੁਝ ਦਿੱਤਾ ਹੋਇਆ ਪਰਮਾਤਮਾ ਦਾ ਹੈ ਫਿਰ ਮੈਂ ਹੰਕਾਰ ਕਿਹੜੀ ਗੱਲ ਦਾ ਕਰਾਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਪਰ ਉਮਰ ਦੇ ਆਖਰੀ ਪੜਾਅ ਤੇ ਆ ਕੇ ਉਹਨੇ ਵੱਡੇ ਨਗਰ ਵਿੱਚ ਇੱਕ ਕਪੜੇ ਦੀ ਮੇਲ ਖੋਲੀ ਉਹ ਉੱਥੇ 17 ਤੋਂ 18 ਘੰਟੇ ਖੜੀ ਲੱਤੇ ਕੰਮ ਕਰਿਆ ਕਰਦਾ ਜਦੋਂ ਥੱਕ ਗਿਆ ਹੁੰਦਾ ਉਦੋਂ ਉੱਥੇ ਇੱਕ ਕਮਰਾ ਤੇ ਇੱਕ ਮੰਜੀ ਰੱਖੀ ਹੋਈ ਸੀ ਉੱਥੇ ਸੋ ਜਾਇਆ ਕਰਦਾ ਸਾਰੇ ਲੋਕਾਂ ਲਈ ਉਹਨਾਂ ਦਾ ਐਵੇਂ ਕੰਮ ਕਰਨਾ ਬੜਾ ਹੈਰਾਨੀ ਵਾਲਾ ਦ੍ਰਿਸ਼ ਸੀ ਜ਼ਿੰਦਗੀ ਦੇ 30 ਸਾਲ ਤੱਕ ਉਹਨੇ ਪੈਸੇ ਤੋਂ ਦੂਰੀ ਬਣਾ ਕੇ ਰੱਖੀ ਤੇ ਜ਼ਿੰਦਗੀ ਦੇ 30 ਸਾਲ ਪਰਮਾਤਮਾ ਦੇ ਨਾਮ ਬੰਦਗੀ ਵਿੱਚ ਗੁਜ਼ਾਰ ਦਿੱਤੇ ਵੈਗਰੂ ਨੇ ਵੀ ਉਸ ਬਦਲੇ ਉਹਨੂੰ ਸਕੂਨ ਜੀਵ ਤੇ ਸਤ ਤੇ ਦੁੱਖੀਆਂ ਦਾ ਦੁੱਖ ਦੂਰ ਕਰਨ ਦੀ ਤਾਕਤ ਬਖਸ਼ੀ ਉਹ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਜੋ ਵੀ ਉਹਨਾਂ ਕੋਲ ਆਉਂਦਾ ਉਹਨਾਂ ਦੇ ਦੁੱਖ ਸੁਣ ਅਰਦਾਸ ਕਰਦੇ ਪਰਮਾਤਮਾ ਉਹਨਾਂ ਦੇ ਦੁੱਖ ਦੂਰ ਵੀ ਕਰਿਆ ਕਰਦੇ ਪਰਮਾਤਮਾ ਨੇ ਉਹਨਾਂ ਦੀ ਬੰਦਗੀ ਦਾ ਸਿਲਾ ਅਰਦਾਸ ਨੂੰ ਨੇਪਰੇ ਚਾੜ ਕੇ ਦਿੱਤਾ ਸੀ ਅੱਜ ਅਚਾਨਕ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਮਿਲ ਗਿਆ ਅੱਜ ਉਠੇ ਆਪਣੇ ਪੁੱਤਾਂ ਤੋਂ ਥੋੜੀ ਜ਼ਮੀਨ ਤੇ ਥੋੜੇ ਪੈਸੇ ਲੈ ਘਰ ਤੋਂ ਚਲੇ ਗਏ ਉੱਥੇ ਜਾ ਕੇ ਕੱਪੜੇ ਦੀ ਉਹਨਾਂ ਮਿਲ ਦੀ ਸ਼ੁਰੂਆਤ ਕੀਤੀ ਉੱਥੇ 1000 ਬੀਬੀਆਂ ਨੂੰ ਕੰਮ ਤੇ ਰੱਖਿਆ ਨਾਲ ਆਪ ਉਹਨਾਂ ਦੇ ਕਪੜਾ ਤੇ ਹੋਰ ਕੰਮ ਕਰਨ ਵਿੱਚ ਸਾਰਾ ਦਿਨ ਮਦਦ ਕਰਦੇ ਕਪੜਾ ਵਖ-ਵਖ ਥਾਵਾ ਤੇ ਪੇਜਦੇ ਤੇ ਬੜੀ ਜਲਦੀ ਨੇਕ ਬੰਦੇ ਦਾ ਕੰਮ ਰਿੜੰਤੋਂ ਪੱਜਨ ਲੱਗਿਆ ਐਵੇਂ 24 ਘੰਟੇ ਪੈਸੇ ਦਾ ਜਿਵੇਂ ਮੀ ਵੜਨ ਲਗਾ ਹੋਰ ਵੀ ਕਪੜੇ ਦੀਆਂ ਫੈਕਟਰੀਆਂ ਸਨ ਪਰ ਉਹਨਾਂ ਵਾਂਗ ਕੋਈ ਨਹੀਂ ਸੀ ਚੱਲਦੀ ਆਪਾਂ ਵੇਖਿਆ ਲੋਕ ਜਵਾਨੀ ਵਿੱਚ ਕੰਮ ਤੇ ਬੁਢਾਪੇ ਵਿੱਚ ਹਰੇਕ ਚੀਜ਼ ਤੋਂ ਖਹਿੜਾ ਛੁੜਾ ਪਰਮਾਤਮਾ ਦਾ ਨਾਮ ਜਪਦੇ ਆ ਪਰ ਇਸ ਨੇਕ ਬੰਦੇ ਦਾ ਜ਼ਿੰਦਗੀ ਦਾ ਕੰਮ ਥੋੜਾ ਵੱਖ ਸੀ ਉਹਨਾਂ 25 ਬਰੇ ਦੀ ਉਮਰ ਵਿੱਚ ਕੰਮ ਛੱਡ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸੀ 30 ਸਾਲ ਬੰਦਗੀ ਕਰ ਪਰਮਾਤਮਾ ਦੇ ਨੇੜੇ ਹੋ ਗਏ ਉਹ ਮੁਕਾਮ ਛੱਡ ਦਿੱਤਾ ਫਿਰ ਦੁਨੀਆ ਪਾਸੇ ਆ ਗਏ ਸ਼ਾਇਦ ਉਹ ਪਹਿਲੇ ਐਵੇਂ ਦੇ ਮਨੁੱਖ ਹੋਣਗੇ ਜੋ ਇਬਾਦਤ ਤੋਂ ਵਾਪਸ ਵਪਾਰ ਵਿੱਚ ਆਏ ਹੋਣਗੇ ਇਸ ਨੇਕ ਮਨੁੱਖ ਦੀ ਜ਼ਿੰਦਗੀ ਇੱਕ ਕੁੱਤੇ ਤੋਂ ਸ਼ੁਰੂ ਹੋਈ ਸੀ ਤੇ ਇੱਕ ਕੁੱਤੇ ਤੇ ਹੀ ਖਤਮ ਹੋਗੀ ਨੇਕ ਮਨੁੱਖ ਦੀ ਪਹਿਲਾਂ ਕਪੜੇ ਦੀ ਮੇਲ ਸੀ ਸਵੇਰੇ ਸੂਰਜ ਚੜਨ ਦੇ ਨਾਲ ਮਿਲ ਤੇ ਚਲੇ ਜਾਂਦੇ ਸੁਰਜ ਚੱਲਣ ਦੇ ਨਾਲ ਘਰ ਵਾਪਸ ਆ ਜਾਂਦੇ। ਉਹ ਘਰ ਜਾਣ ਹੀ ਵਾਲੇ ਸਨ ਕਿ ਅੱਜ ਕੀ ਦੇਖਦੇ ਨੇ। ਮਿਲਦੇ ਪਿਛਲੇ ਹਿੱਸੇ ਵਿੱਚ ਇੱਕ ਕੁੱਤਾ ਆਪਣੀਆਂ ਲੱਤਾਂ ਰਗੜਦਾ ਹੋਇਆ ਅੰਦਰ ਨੂੰ ਆਉਂਦਾ। ਜਦੋਂ ਉਹ ਕੋਲ ਆ ਕੇ ਦੇਖਿਆ ਤੇ ਤਿੰਨ ਲੱਤਾਂ ਜਮ੍ਹਾਂ ਟੁੱਟ ਗਈਆਂ ਸੀ। ਜਿਵੇਂ ਕੋਈ ਭਾਰੀ ਚੀਜ਼ ਉੱਤੋਂ ਲੰਘੀ ਹੋਵੇ। ਉਹ ਇੱਕ ਲੱਤ ਦੇ ਸਹਾਰੇ ਘੜੀਸ-ਘੜੀਸ ਅੱਗੇ ਵਧ ਰਿਹਾ ਸੀ। ਜ਼ਖਮੀ ਵੇਖ ਨੇਕ ਮੁਲਕ ਨੂੰ ਬੜਾ ਤਰਸਾਇਆ। ਸੋਚਦਾ ਹੈ ਇਨੂੰ ਚੁੱਕ ਕੇ ਦਵਾਦਾਰੂ ਕਰਾਂ ਲੱਤਾਂ ਨਾਲ ਫੱਟੀ ਬੰਨ੍ਹ ਕੇ ਬੰਨ੍ਹ ਕੇ ਤੇ ਸਿੱਧੀਆਂ ਕਰਾ ਦੇਣਾ ਜਦੋਂ ਠੀਕ ਹੋ ਗਿਆ ਤਾਂ ਬਾਹਰ ਛੱਡਾਵਾਂਗਾ ਉਹਨੂੰ ਚੁੱਕਣ ਲੱਗਾ ਮਨ ਵਿੱਚ ਖਿਆਲ ਆਇਆ ਤੋਰੇ ਸਕਦਾ ਨਹੀਂ ਲੱਤਾਂ ਕੰਮ ਨਹੀਂ ਕਰਦੀਆਂ ਮੂੰਹ ਵੀ ਸਾਰਾ ਇਹਦਾ ਭੱਜਿਆ ਪਿਆ ਤੋੜ ਕੇ ਬਾਹਰ ਨਹੀਂ ਜਾ ਸਕਦਾ ਰੋਟੀ ਦਾ ਟੁਕ ਇੰਤਜ਼ਾਮ ਕਿਵੇਂ ਕਰੇਗਾ ਹੁਣ ਅੱਜ ਦੇਖਦਾ ਕਿ ਵਾਹਿਗੁਰੂ ਜੀ ਪਰਮਾਤਮਾ ਉਹ ਰੱਬ ਇਸ ਨੂੰ ਰਿਜਕ ਕਿਵੇਂ ਦਿੰਦੇ ਨੇ ਜਿਸ ਸਾਬ ਦੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਤਾਂ ਕੁੱਤਾ ਸਾਰਾ ਦਿਨ ਐਵੇਂ ਨਾ ਫਿਰ ਇੱਕ ਪਾਸੇ ਪਿਆ ਰਿਆ ਰਾਤ ਹੋਈ ਤੇ ਇੱਕ ਕੁੱਤਾ ਨਾ ਗੇਟ ਦੇ ਥੱਲੋਂ ਹੌਲੀ-ਹੌਲੀ ਖਿਸਕ ਕੇ ਅੰਦਰ ਆਇਆ ਮੂੰਹ ਵਿੱਚ ਰੋਟੀ ਸੀ ਉਹਦੇ ਸਾਹਮਣੇ ਰੱਖ ਕੇ ਤੇ ਉਹ ਇੱਕ ਪਾਸੇ ਬੈਠ ਗਿਆ ਜ਼ਖਮੀ ਕੁੱਤੇ ਦੇ ਮੂੰਹ ਵਿੱਚ ਉਹ ਰੋਟੀ ਹੁਣ ਉਹਦਾ ਮੂੰਹ ਇੱਕ ਪਾਸੇ ਸਾਰਾ ਟੁੱਟਾ ਪਿਆ ਸੀ ਨਹੀਂ ਸੀ ਪਾਈ ਜਾ ਰਹੀ ਹੁਣ ਉਹ ਕੁੱਤਾ ਆਪਣੇ ਮੂੰਹ ਵਿੱਚ ਉਹ ਰੋਟੀ ਨੂੰ ਪੋਲੀ ਕਰਕੇ ਚਿੱਠ ਕੇ ਤੇ ਉਹਦੇ ਮੂੰਹ ਦੇ ਵਿੱਚ ਪਾਣ ਲੱਗ ਗਿਆ ਬਾਰੋਂ ਆਇ ਕੁੱਤੇ ਨੇ ਮੂੰਹ ਵਿੱਚ ਪਾ ਚੱਬ ਕੇ ਅੱਗੇ ਰੱਖ ਦਿੱਤੀ। ਜ਼ਖਮੀ ਕੁੱਤੇ ਨੇ ਹੌਲੀ-ਹੌਲੀ ਉਹ ਖਾ ਲਈ। ਦੂਜਾ ਕੁੱਤਾ ਬਾਹਰ ਜਾ ਪਾਣੀ ਦੀ ਬਾਲਟੀ ਵਿੱਚ ਪੂੰਝ ਪਿਓ ਤੇ ਜ਼ਖਮੀ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ। ਇਸ ਤਰ੍ਹਾਂ ਉਹਨੂੰ ਪਾਣੀ ਵੀ ਪਿਆ ਦਿੱਤਾ। ਹੁਣ ਉਹ ਜੋ ਬਾਰੋਂ ਕੁੱਤਾ ਆਇਆ ਸੀ ਉਹ ਨੇਕ ਬੰਦਾ ਇਹ ਸਾਰਾ ਕੁਝ ਦੇਖਦਾ ਰਿਹਾ। ਉਹ ਕੁੱਤਾ ਨੂੰ ਰੋਟੀ ਖਵਾ ਕੇ ਤੇ ਚਲਾ ਗਿਆ। ਨੇਕ ਬੰਦਾ ਉੱਥੇ ਖੜ ਕੇ ਹੱਸਣ ਲੱਗਾ। ਹੁਣ ਇਹ ਕੰਮ ਰੋਜ਼ ਹੋਣ ਲੱਗਾ। ਰੋਟੀ ਖਵਾ ਪਾਣੀ ਪਿਆ ਉਹ ਤੁਰ ਜਾਂਦਾ ਇੱਕ ਦਿਨ ਨੇਕ ਮੁਖ ਆਪਣੇ ਆਪ ਨੂੰ ਕਹਿੰਦੇ ਕਿਉਂ ਪਰਮਾਤਮਾ ਇਸ ਕੁੱਤੇ ਨੂੰ ਮਰਨ ਕੰਡੇ ਵੀ ਰੋਟੀ ਨਸੀਬ ਕਰ ਰਿਹੀਂ ਤੇ ਕਿ ਮੈਨੂੰ ਦੋ ਸਮੇਂ ਰੋਟੀਆਂ ਨਾ ਦੇਣਗੇ ਅਸੀਂ ਸਾਰੀ ਰਾਤ ਕਹਿੰਦੇ ਇਹ ਸੋਚਦੇ ਰਿਹਾ ਹੁਣ ਉਹਨੇ ਆਪਣੀ ਚਾਬੀ ਜਿਹੜੀ ਸੀ ਮਿਲਦੀ ਉਹ ਉਸ ਮਿਲ ਨੂੰ ਬੰਦ ਕਰਕੇ ਆਪਣੇ ਪੁੱਤਾਂ ਨੂੰ ਦੇ ਕੇ ਫਿਰ ਬੰਦਗੀ ਵਿੱਚ ਮਸ਼ਰੂਫ ਹੋ ਗਏ ਪਰਮਾਤਮਾ ਉਹਨਾਂ ਨੂੰ ਇਸ ਸਮੇਂ ਵੀ ਰਿਜਕ ਦੇ ਦਿੰਦੇ ਰਹੇ ਉਹਨਾਂ ਦੀ ਅਰਦਾਸਾਂ ਨੂੰ ਵੀ ਬੂਰ ਪਾਉਂਦੇ ਰਹੇ ਹੁਣ ਉਹਨਾਂ ਬਾਰੇ ਹਰ ਪਾਸੇ ਚਰਚਾ ਹੋਣ ਲੱਗੀ ਰੋਜ਼ ਸਵੇਰੇ ਕਈ ਲੋਕ ਆਉਂਦੇ ਉਹਨਾਂ ਦੀ ਕਥਾ ਕਹਾਣੀਆਂ ਬਚਨ ਉਹਨਾਂ ਕੋਲ ਸਰਵਣ ਕਾਟੇ ਇੱਕ ਦਿਨ ਕਥਾ ਵਿੱਚ ਕੁੱਤੇ ਵਾਲੀ ਗੱਲ ਦੱਸਣ ਲੱਗੇ ਆਖਰ ਵਿੱਚ ਕਹਿਣ ਲੱਗੇ ਬੀ ਰਿਜਕ ਤੇ ਬਰਕਤ ਹਮੇਸ਼ਾ ਮਨੁੱਖ ਦੇ ਪਿੱਛੇ ਪਿੱਛੇ ਭਾਜਦੇ ਨੇ ਪਰ ਅੱਜਕੱਲ ਆਪਾਂ ਇੰਨੇ ਮੂਰਖ ਹੋ ਗਏ ਆਪਾਂ ਹੀ ਰਿਜਕ ਤੇ ਬਰਕਤ ਪਿੱਛੇ ਭਜਣਾ ਸ਼ੁਰੂ ਕਰ ਦਿੱਤਾ ਮਨੁੱਖ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਉਹ ਰਿਜਕ ਉਹਦੇ ਤੱਕ ਜ਼ਰੂਰ ਪਹੁੰਚ ਜਾਂਦਾ ਹੈ 60 ਵਜੇ ਕੁੱਤੇ ਕੋਲ ਦੂਜਾ ਕੁੱਤਾ ਰੋਟੀ ਲੈ ਉਸ ਕੋਲ ਆ ਜਾਂਦਾ ਸੀ ਤੇ ਢਿੱਡ ਭਰ ਦਿੰਦਾ ਸੀ ਮੈਂ 60 ਵਜੇ ਕੁੱਤੇ ਕੋਲ ਸਿੱਖਿਆ ਜੇ ਪਰਮਾਤਮਾ ਇਸ ਦਾ ਢਿੱਡ ਭਰ ਸਕਦਾ ਤਾਂ ਮੇਰਾ ਕਿਉਂ ਨਹੀਂ ਉਸ ਦਾ ਸਿਲਾ ਇਹ ਹੈ ਕਿ ਅੱਜ ਮੈਂ ਤੁਹਾਡੇ ਕੋਲ 30 ਸਾਲ ਹੋ ਗਏ ਤੇ ਇੱਥੇ ਬੈਠਾ ਹੋਇਆ ਕੋਈ ਐਸਾ ਦਿਨ ਨਹੀਂ ਗਿਆ ਜਿਸ ਦਿਨ ਪਰਮਾਤਮਾ ਨੇ ਮੈਨੂੰ ਰਿਜਕ ਨਾ ਦਿੱਤਾ ਹੋਵੇ ਮੈਂ ਕਦੇ ਵੀ ਭੁੱਖੇ ਢੇਢਣੀ ਸੁਤਾ ਮੈਂ ਹਮੇਸ਼ਾ 7 ਵਜੇ ਕੁੱਤੇ ਦਾ ਸ਼ੁਕਰਾਨਾ ਕਰਦਾ ਜਿਸ ਤੇ ਮੈਨੂੰ ਪਰਮਾਤਮਾ ਨੇ ਲੜਲਾ ਦਿੱਤਾ ਇਹ ਬਚਨ ਸਾਰੇ ਸੁਣ ਕੇ ਤੇ ਉਥੋਂ ਚਲੇ ਗਏ ਪਰ ਇੱਕ ਬਿਰਧ ਬਾਪਾ ਨਾ ਹਜੇ ਵੀ ਉਥੇ ਬੈਠਾ ਸੀ ਉਹ ਪਹਿਲਾਂ ਨੇਕ ਮਨ ਕੋਲ ਦੇ ਕੋਲ ਆਏ ਤੇ ਕਾੜੀਆਂ ਮਾਰ ਕੇ ਨਾ ਉੱਚੀ ਉੱਚੀ ਹੱਸਣ ਲੱਗੇ ਉਹ ਕਹਿੰਦੇ ਪਲੇ ਪੁਰਖਾ ਤੈਨੂੰ ਤਾਂ ਸਭੋ ਦੂਜੇ ਕੁੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿਸ ਤੋਂ ਤੂੰ ਕੁਝ ਨਹੀਂ ਕੀਤਾ ਜਿਸ ਦਾ ਤੂੰ ਸ਼ੁਕਰਾਨਾ ਨਹੀਂ ਕੀਤਾ ਜਿਸ ਤੋਂ ਕੁਝ ਸਿੱਖਿਆ ਹੀ ਨਹੀਂ ਹੈਗਾ 60 ਵਜੇ ਕੁੱਤੇ ਨੂੰ ਜੋ ਰੋਜ਼ ਰੋਟੀ ਖਵਾਉਂਦਾ ਸੀ ਪਾਣੀ ਪਿਉਂਦਾ ਸੀ ਉਹਦੇ ਵੱਲ ਧਿਆਨ ਦਿੰਦਾ ਸੀ ਤੁਹਾਡੀ ਮਿਲ 1000 ਬੀਬੀਆਂ ਨੂੰ ਰੋਜ਼ ਰਿਜਕ ਦਿੰਦਾ ਸੀ ਉਹਨਾਂ ਦੇ ਘਰ ਦੇ ਚੁੱਲ੍ਹੇ ਵਿੱਚ ਅੱਗ ਇਥੋਂ ਹੀ ਬਲਦੀ ਸੀ ਕਈਆਂ ਦਾ ਢਿੱਡ ਭਰਦਾ ਸੀ ਇਹ ਸੁਣ ਨੇਕ ਬੰਦੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨੇ ਕਿਹਾ ਤੈਨੂੰ ਪਰਮਾਤਮਾ ਨੇ ਵੰਡਣ ਵਾਲਿਆਂ ਵਿੱਚ ਰੱਖਿਆ ਸੀ ਉਹ ਕੁੱਤੇ ਦਾ ਸ਼ੁਕਰਾਨਾ ਕਰਨਾ ਸੀ ਕਿ ਤੂੰ ਉਹਦੇ ਵਰਗਾ ਬਣਦਾ ਉਹ ਪਾਲੇ ਪੁਰਖਾ ਖਾਣ ਵਾਲੇ ਨਾਲੋਂ ਖਵਾਉਣ ਵਾਲਾ ਜ਼ਿਆਦਾ ਨੇਕੀ ਦਾ ਕੰਮ ਕਰਦਾ ਉਹ ਬਿਰਧ ਬਾਬਾ ਹਾਸਤੇ ਹਾਸਤੇ ਚਲਾ ਗਿਆ ਨੇਕ ਮਨੁੱਖ ਉઠਿਆ ਤੇ ਜਾ ਕੇ ਮਿਲ ਫੇਰ ਖੋਲੀ ਹੁਣ ਉਹ ਪਰਮਾਤਮਾ ਦਾ ਨਾਮ ਵੀ ਜਪਦੇ ਤੇ ਕੀਰਤ ਵੀ ਕਰਦੇ ਪਰਮਾਤਮਾ ਦੀ ਨਿਗਾ ਵਿੱਚ ਜੋ ਹਥੀ ਕੀਰਤ ਕਰਦੇ ਨੇ ਨਾਲ ਵਾਹਿਗੁਰੂ ਦਾ ਨਾਮ ਲੈ ਹੋਰਾਂ ਦਾ ਸਹਾਰਾ ਬਣਦੇ ਨੇ ਉਸ ਤੋਂ ਨੇਕ ਹੋਰ ਕੋਈ ਨਹੀਂ ਹੈ ਪਰਮਾਤਮਾ ਸਭ ਨੂੰ ਕੀਰਤ ਕਰਨ ਦਾ ਬਲ ਬਖਸ਼ਣ ਫਿਰ ਬਰਕਤ ਉਸ ਪਰਮਾਤਮਾ ਦਾ ਕੰਮ ਹੈ ਉਹ ਆਪ ਹੀ ਪਾ ਦੇਣਗੇ